ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਹਾਂ ਜੀ ਸੈਂਟਰਲ ਲੰਡਨ ਤੇ ਸਾਡੇ ਨਾਲ ਹੈਗੇ ਦੋ ਭਰਾ ਇੱਕ ਆ ਦਿੱਲੀ ਤੋਂ ਕੀ ਨਾਮ ਹੈ ਮੇਰਾ ਨਾਮ ਸਨੀ ਹੈਗਾ ਮੈਂ ਦਿੱਲੀ ਤੋਂ ਭਾਜੀ ਤੁਹਾਡਾ ਕੀ ਨਾਮ ਹੈ ਅਰੁਣ ਸ਼ਰਮਾ ਅਰੁਣ ਸ਼ਰਮਾ ਤੇ ਇਹਨਾਂ ਨੂੰ ਵੀ ਤੁਹਾਨੂੰ ਬਾਅਦ 'ਚ ਦੱਸਦੇ ਹਾਂ ਕਿ ਇਹ ਦੋਨੇ ਨਾ ਟੂਰਿਸਟ ਵੀਜ਼ਾ ਲੈ ਕੇ ਆਇਆ ਹੋਟਲ ਬੁਕਿੰਗ ਤੇ ਆਪਣੇ ਪੰਜਾਬੀਆਂ ਨੂੰ ਬਹੁਤ ਏਜੰਟ ਲੁੱਟਦੇ ਆ ਤੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕਿੰਨੇ ਕਿੰਨੇ ਪੈਸੇ ਖਰਚ ਕੇ ਵੀਜ਼ਾ ਲੈ ਕੇ ਆਏ ਆ ਤੇ ਆ ਤਾਂ ਜੇ ਉਹ ਬੋਲੂਗਾ ਨਾ ਤੁਹਾਨੂੰ ਪਤਾ ਲੱਗੇ ਹੀ ਜਾਣਾ ਕਿ ਟੁੱਟੀ ਆ ਪੂਰੀ ਬੰਦਾ ਇਹ ਟੁੱਟੀ ਨਹੀਂ ਮੋਟੀ ਪਾਈਪ ਕਹੇ ਬੋਰਿੰਗ ਵਾਲੀ ਸਹੀ ਗਿਆ ਹਾਂ ਤੇ ਤੁਹਾਨੂੰ ਸੈਂਟਰ ਲੰਡਨ ਦਿਖਾਉਂਦੇ ਆ ਤੇ ਅਸੀਂ ਤਿੰਨੇ ਜਣੇ ਇਕੱਠੇ ਹੋਏ ਸੀ ਫਲਾਈਟ ਦੇ ਵਿੱਚ ਹੀ ਫਲਾਈਟ 'ਚ ਮਿਲੇ ਸੀ ਤੇ ਬਸ ਤਿੰਨਾਂ ਨੇ ਸਲਾਹ ਬਣਾਈ ਵੀ ਲੰਡਨ ਘੁੰਮਣ ਚੱਲਾਂਗੇ ਇਕੱਠੇ ਚੱਲਾਂਗੇ ਸ਼ਾਇਦ ਸਕਾਟਲੈਂਡ ਵੀ ਜਾਣਾ ਹੈ ਨਾ ਤੇ ਉਹਨਾਂ ਬੰਨ ਰਿਹਾ ਸਾਡਾ ਜਾਣਾ ਸਕਾਟਲੈਂਡ ਵੀ ਚੱਲਾਂਗੇ ਤੇ ਭਾਜੀ ਸ਼ਰਮਾ ਜੀ ਪਰ ਅੱਜ ਸਾਨੂੰ ਫਿਰ ਘੁੰਮਦੇ ਮਿਲੇ ਆ ਦੂਜੇ ਕਿੱਥੇ ਸਾਊਥ ਆ ਲਈ ਤਾਂ ਫਿਰ ਇਹਨਾਂ ਦਾ ਵੀ ਨਾਲ ਲਾਉਣ ਦਾ ਪਲਾਨ ਬਣ ਗਿਆ ਭਾਜੀ ਪੜੀ ਇੱਕ ਮਿੰਟ ਆਪਣੀ ਇੱਧਰ ਮੈਂ ਕਾਰਡ ਲਾਉਂਦਾ ਕਾਰਡ ਲਾਵਾ ਕੈਮਰਾ ਇੱਧਰ ਕਰੀ ਆ ਦੇਖੋ ਸਾਡੇ ਮਨਦੀਪ ਭਾਜੀ ਹੁਣ ਐਕਸੈਸ ਕਾਰਡ ਪਾਉਣਗੇ ਅਤੇ ਕਿਵੇਂ ਬਾਹਰ ਆਉਣਗੇ ਬਸ ਦੇਖੋ ਦਰਵਾਜ਼ਾ ਅੰਜ ਖੁੱਲ੍ਹਿਆ ਜਿਵੇਂ ਅੰਬੈਸੀ ਵਾਲਿਆਂ ਨੇ ਵੀਜ਼ਾ ਦਿੱਤਾ ਹੁੰਦਾ ਇਹ ਟ੍ਰੇਨ 'ਚ ਜਿੱਦਾਂ ਜੀ ਇਹ ਸਾਡੇ ਅਸੀਂ ਸਾਰਿਆਂ ਨੇ ਪਾਸ ਲਏ ਆ 14.40 ਪੈਨੀਆਂ ਦੇ ਅਤੇ ਅਸੀਂ ਸਾਰਾ ਦਿਨ ਕਿਤੇ ਵੀ ਘੁੰਮ ਸਕਦੇ ਹਾਂ ਮਤਲਬ ਕਿਤੇ ਵੀ ਬੱਸ 'ਚ ਚੜ੍ਹ ਸਕਦੇ ਹਾਂ ਵੇ ਆਊਟ ਇੱਧਰ ਹੀ ਹੈ ਇੱਧਰ ਹੀ ਹੈ ਬਾਹਰ ਅਤੇ ਕਿਤੇ ਵੀ ਬੱਸ 'ਚ ਟ੍ਰੇਨ 'ਚ ਸਾਰਾ ਦਿਨ ਅਸੀਂ ਕਿਤੇ ਵੀ ਘੁੰਮ ਸਕਦੇ ਹਾਂ ਬਕਵਾਸ ਬਹੁਤ ਕਰਦਾ ਤੇ ਮੈਂ ਕਿਹਾ ਚੈਨਲ ਦਾ ਨਾਂ ਵੀ ਕੁਛ ਬਕਵਾਸ ਤੇ ਅੱਗੇ ਕੁਛ ਇੱਦਾਂ ਰੱਖੀ ਹੈ ਨਾ ਬਹੁਤ ਬੋਲਦਾ ਇਹ ਨਹੀਂ ਬਾਅਦ ਚ ਰੱਖ ਲਈ ਭਾਵੇਂ ਹਾਂਜੀ ਆਪਣੇ ਜਿੱਦਾਂ ਨਹੀਂ ਤੂੰ ਲਾਈਵ ਜ਼ਰੂਰੀ ਕਰਨਾ ਲਾਈਵ ਤਾਂ ਤੇਰਾ ਚੈਨਲ ਤੇਰੇ ਜੀ ਵੀ ਖਾ ਜਾਣੀ ਆ ਬਣਾ ਲਾ ਸਿੱਧੀ ਬਾਅਦ 'ਚ ਅਪਲੋਡ ਕਰ ਦੀ ਅੱਛਾ ਵੀਡੀਓ ਬਣਾ ਲਾ ਬਾਅਦ 'ਚ ਅਪਲੋਡ ਕਰ ਸਿੱਧਾ ਕੈਮਰੇ ਦੀ ਵੀਡੀਓ ਬਣਾ ਲਾ ਹਾਂ ਅਪਲੋਡ ਹੋ ਜਾਂਦੀ ਹੈ ਹਾਂ 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 ਠੀਕ ਅਤੇ ਇੱਕ ਮਿੰਟ ਸਨੀ ਹੁਣ ਤੂੰ ਦੱਸੀ ਇਹ ਚਲੋ ਇਹ ਵੈਸੇ ਤਾਂ ਇਹ ਆਸਟ੍ਰੇਲੀਆ ਪਹਿਲਾਂ ਸਟੱਡੀ ਵੀਜ਼ੇ 'ਤੇ ਜਾ ਆਸਟ੍ਰੇਲੀਆ ਵਿਜ਼ਟਰ ਵੀਜ਼ੇ 'ਤੇ ਗਿਆ ਸੀ ਅਤੇ ਫਿਰ ਇਹਨੇ ਉੱਥੇ ਜਾ ਕੇ ਸਟੱਡੀ ਵੀਜ਼ਾ ਲੈ ਲਿਆ ਅਤੇ ਫਿਰ ਕੋਵਿਡ ਦੇ ਵਿੱਚ ਇੰਡੀਆ ਆਇਆ ਹੋਇਆ ਸੀਗਾ ਅਤੇ ਆਸਟ੍ਰੇਲੀਆ ਨੇ ਬਾਰਡਰ ਬੰਦ ਕਰਤੇ ਅਤੇ ਇਹਦਾ ਵੀਜ਼ਾ ਲੰਘ ਗਿਆ ਅਤੇ ਇੱਥੇ ਹੀ ਰਹਿ ਗਿਆ ਹੈ ਨਾ ਅਤੇ ਹੁਣ ਇਹ ਨੇ ਹੋਟਲ ਬੁਕਿੰਗ 'ਤੇ ਪਾਇਆ ਸੀ ਅਤੇ ਸਭ ਤੋਂ ਮੇਨ ਗੱਲ ਸੀਗੀ ਨਾ ਇਹਨੇ ਹੋਟਲ ਬੁਕਿੰਗ ਕਨਫਰਮ ਲਾਈ ਸੀਗੀ ਅਤੇ ਨਾਲ ਆਪਣੀ ਇਨਕਮ ਟੈਕਸ ਰਿਟਰਨ ਅਤੇ ਨਾਲ ਬੈਂਕ ਬੈਲੈਂਸ ਸਾਰਾ ਕੁਛ ਸ਼ੋਅ ਕਰਕੇ ਅਤੇ ਭਰਾ ਨੂੰ ਵੀਜ਼ਾ ਮਿਲਿਆ ਦੇਖੋ ਟੂਰਿਸਟ ਵੀਜ਼ਾ ਦਾ ਮਤਲਬ ਹੁੰਦਾ ਹੈ ਕਿ ਦੈਟ ਯੂ ਆਰ ਅ ਜੈਨੂਇਨ ਟੈਂਪਰੇਰੀ ਵਿਜ਼ਿਟਰ ਜਦ ਤੱਕ ਕੜੇ ਕੇਸ ਆਫੀਸਰ ਨੂੰ ਆ ਨਹੀਂ ਲੱਗੂਗਾ ਨਾ ਕਿ ਇਹ ਵਾਪਿਸ ਆਊਗਾ ਤਦ ਤੱਕ ਤੁਹਾਨੂੰ ਵੀਜ਼ਾ ਨਹੀਂ ਦੇਗਾ ਭਾਵੇਂ ਤੁਸੀਂ ਜੁੱਤੀਆਂ ਕੇ ਸਾ ਲਓ ਬਸ ਉਹਨੂੰ ਪ੍ਰੂਫ ਕਰ ਦਿਓ ਉਹ ਕਾਗਜ਼ਾਂ 'ਤੇ ਵੀਜ਼ਾ ਦਿੰਦਾ ਤੁਸੀਂ ਉਹਨੂੰ ਦਿਖਾ ਦਿਓ ਕਿ ਮੇਰੇ ਕੋਲ ਇੱਥੇ ਕੀ ਮੇਰੀ ਸਟਰੋਂਗ ਟਾਈਜ਼ ਹੈ ਤੁਹਾਡੀ ਆਪਣੀ ਖੁਦ ਦੀ ਹੋਮ ਕੰਟਰੀ ਤੁਸੀਂ ਕਿਸੇ ਵੀ ਕੰਟਰੀ ਤੋਂ ਬਿਲੋਂਗ ਕਰੋ ਡਜ਼ਨਟ ਮੈਟਰ ਤੁਹਾਡੀ ਖੁਦ ਦੀ ਹੋਮ ਕੰਟਰੀ 'ਚ ਕੀ ਟਾਈਜ਼ ਹੈ ਤੁਸੀਂ ਦਿਖਾਓ ਅਗਰ ਤੁਹਾਡੀ ਖੁਦ ਦੇ ਨਾਂ 'ਤੇ ਪ੍ਰੋਪਰਟੀ ਭਾਵੇਂ ਉਹ 5 ਲੱਖ ਦੀ ਹੋਵੇ ਆਪਣੀ ਪ੍ਰੋਪਰਟੀ ਦਿਖਾਓ ਗੱਡੀ ਦੀ ਆਰਸੀ ਦਿਖਾਓ ਆਪਣਾ ਬੈਂਕ ਬੈਲੈਂਸ ਦਿਖਾਓ ਬੈਂਕ ਬੈਲੈਂਸ ਹੈ ਉਹਨੂੰ FD ਕਰਾ ਦਿਓ FD ਕਰਾਉਣ ਨਾਲ ਕੀ ਹੁੰਦਾ ਕਿ ਤੁਹਾਡਾ ਫਿਕਸ ਡਿਪੋਜ਼ਿਟ ਹੈ ਠੀਕ ਹੈ ਅਤੇ ਉਹਦੇ ਇੱਕ ਅਲੱਗ ਇੰਪੈਕਟ ਪੈਂਦਾ ਸੇਵਿੰਗ ਹੀ ਰੱਖੋ FD ਰੱਖੋ ਆਪਣੀ ਇਨਕਮ ਟੈਕਸ ਰਿਟਰਨ ਲਗਾਓ ਰਿਟਰਨ ਘੱਟ ਤੋਂ ਘੱਟ ਤੁਹਾਡੀ 2 ਸਾਲ ਦੀ ਹੋਵੇ ਅਤੇ ਜ਼ਿਆਦਾ ਸਟਰੋਂਗ ਉਹਦਾ ਇੰਪੈਕਟ ਪੈਂਦਾ ਕਿ ਸਭ ਕਰਦੇ ਤੀਜੀ ਗੱਲ ITR ਲਾ ਰਹੋ ਅਤੇ ਓਬਵੀਅਸ ਗੱਲ ਹੈ ਤੁਸੀਂ ਵਰਕ ਕਰਦੇ ਹੋ ਤਾਂ ਤੁਸੀਂ ਆਪਣੀ ਜੋਬ ਦਾ ਪਰਮਨੈਂਟ ਲੈਟਰ ਲਗਾਓ ਆਫਰ ਲੈਟਰ ਲਗਾਓ ਆਪਣਾ ਐਕਸਪੀਰੀਅੰਸ ਲੈਟਰ ਲਗਾਓ ਅਤੇ ਆਪਣਾ ਤੁਹਾਡਾ
ਲੀਵ ਲੈਟਰ ਲਗਾਓ ਜੋ ਤੁਹਾਡਾ ਕੰਪਨੀ ਦਾ ਜਿਹੜਾ ਤੁਹਾਡਾ ਅਕਾਊਂਟੈਂਟ ਹੁੰਦਾ ਉਹ ਲਿਖ ਕੇ ਦਿੰਦਾ ਹੈ ਤੁਹਾਡਾ ਮੈਨੇਜਰ ਲਿਖ ਕੇ ਦਿੰਦਾ ਹੈ ਕਿ ਦੈਟ ਆਈ ਐਮ ਅਲਾਉਇੰਗ ਦਿਸ ਪਰਸਨ ਇੱਕ ਚੀਜ਼ ਮੈਂ ਇਹਦੇ 'ਚ ਹੋਰ ਇੰਕਲੂਡ ਕਰਦਾ ਜਿੱਦਾਂ ਹੁਣ ਭਾਜੀ ਵੀ ਆ ਅਤੇ ਵਿਸਟਰ ਵੀਰੇ ਤੋਂ ਨਾ ਬਹੁਤ ਜਿੱਦਾਂ ਜੰਗ ਜਿਹੜੇ ਮੁੰਡੇ ਆ 16-17 ਸਾਲਾਂ ਦੇ ਉਹ ਕਹਿੰਦੇ ਵੀ ਅਸੀਂ ਇਕੱਲੇ ਹੀ ਹੋਟਲ ਬੁਕਿੰਗ ਕਰ ਲਈਏ ਕਿਉਂਕਿ ਹੁੰਦੇ ਉਹਦਾ ਪੇਰੈਂਟਸ 'ਤੇ ਪਹਿਲਾਂ ਹੀ ਡਿਪੈਂਡ ਹੁੰਦੇ ਆ ਜਿਹਨਾਂ ਜਿਹੜੇ ਇੱਕ ਨਹੀਂ ਕੰਮ ਕਾਰ ਕਰਦੇ ਹੈਗੇ ਉਹਨਾਂ ਲਈ ਮੈਨੂੰ ਲੱਗਦਾ ਵਿਸਟਰ ਵੀਰਾ ਮਿਲਣਾ ਥੋੜ੍ਹਾ ਔਖਾ ਹੋ ਜਾਂਦਾ ਜਿੱਦਾਂ ਜੰਗ ਏਜ ਦੇ ਵਿੱਚ ਕਿਉਂਕਿ ਜਦੋਂ ਜਿਹੜਾ ਬੰਦਾ ਥੋੜ੍ਹਾ ਮਚੋਰ ਹੁੰਦਾ ਅਗਲਾ ਉਹ ਸਰ ਵਧੀਆ ਦੇਖਦੇ ਪ੍ਰੋਫਾਈਲ ਵਧੀਆ ਬਣ ਜਾਂਦੀ ਬੰਦੇ ਨੂੰ 28-30 ਸਾਲ ਤੋਂ ਬਾਅਦ ਬੰਦਾ ਓਬਵੀਅਸਲੀ ਕੋਈ ਨਾ ਕੋਈ ਜੋਬ ਕਰਦਾ ਹੀ ਹੁੰਦਾ ਹੈ ਨਾ ਬਿਲਕੁਲ ਹਾਂ ਅਤੇ ਜਦੋਂ ਜੇ ਪਹਿਲਾਂ ਹੁਣ ਉੱਧਰ ਆਪਾਂ ਕਿੱਥੇ ਉੱਧਰੋਂ ਤਾਂ ਆਏ ਹਾਂ ਮਾਮਾ ਫੇਰ ਹੁਣ ਤੁਰ ਪਏ ਹਾਂ ਜਾਣਾ ਕਿਹਨੂੰ ਹੈ ਪੰਜਾਬੀ ਵੀ ਨਹੀਂ ਨਜ਼ਰ ਆ ਰਹੀ ਤਾਂ ਬੰਦਾ ਪੁੱਛਿਆ ਬਾਬੇ ਤੂੰ ਪਹਿਲੀ ਵਾਰੀ ਤਾਂ ਲੱਗਾ ਵੀ ਇੰਗਲੈਂਡ ਆਏ ਹਾਂ ਹਾਂ ਹੈ ਨਾ ਅੱਜ ਲੱਗਿਆ ਜਾ ਕੇ ਉੱਧਰ ਤਾਂ ਲੱਗਾ ਅੱਜ ਵੀ ਅਸੀਂ ਇੰਗਲੈਂਡ ਆਏ ਹਾਂ ਓਕੇ ਥੈਂਕ ਯੂ ਉਹ ਕਹਿੰਦਾ ਪਹਿਲਾਂ ਕਹਿੰਦਾ ਉੱਧਰ ਫੇਰ ਕਹਿੰਦਾ ਉੱਧਰ ਤੇ ਤੂੰ ਮੇਰਾ ਭਰਾ ਇੱਕ ਵਾਰੀ ਗੂਗਲ 'ਚ ਪਾ ਲਾ ਪਹਿਲਾਂ ਇਹਨਾਂ ਨੇ ਪੁੱਛ ਕਿਤੇ ਹੋਰ ਨੂੰ ਪੁੱਛ ਥੈਂਕ ਯੂ ਅੱਜ ਪਹਿਲਾਂ ਇੱਕ ਵਾਰੀ ਪਾ ਲਾ ਪਾ ਲੈਣਾ ਕਿਸੇ ਹੋਰ ਨੂੰ ਗੂਗਲ ਮੈਪ ਪਾ ਲਾ ਯੂ ਕੈਨ ਕਨਫਰਮ ਫਰਮ ਅਨਦਰ ਪਰਸਨ ਟੂ ਹਾਂ ਕਿਉਂਕਿ ਇਹ ਲੋਕੀ ਮੈਂ ਦੇਖਿਆ ਨਾ ਇੱਥੇ ਡਿਪਰੈਸ਼ਨ 'ਚ ਜ਼ਿਆਦਾ ਹੁੰਦੇ ਕਈ ਉਹ ਉੱਦਾਂ ਕੋਈ ਇਹਨੂੰ ਹੱਥ ਮਾਰ ਜਾਂਦਾ ਕੋਈ ਉਹਨੂੰ ਹੱਥ ਮਾਰ ਜਾਂਦਾ ਵੀ ਇੱਧਰ ਚਲ ਜਾਓ ਉੱਧਰ ਚਲ ਜਾਓ ਇਸ ਕਰਕੇ ਗੂਗਲ ਹੀ ਸਭ ਤੋਂ ਵਧੀਆ ਆ ਦੇਖਿਆ ਦੂਜੀ ਵਾਰੀ ਗੱਲਬਾਤ ਕਰਨ ਦਾ ਫਾਇਦਾ ਹੋਇਆ ਕਦੇ ਉਹ ਬੰਦੇ ਨੇ ਗੱਲ ਵੀ ਕੌਨਫੀਡੈਂਸ ਨਾਲ ਕੀਤੀ ਨਾ ਉਦਾਂ ਹੀ ਪਤਾ ਲੱਗ ਗਿਆ ਕਿ ਬੰਦਾ ਸਾਰਾ ਸੱਚ ਬੋਲਦਾ ਹੈਨਾ ਬਿਲਕੁਲ No problem. ਬਾਈ ਯਾਰ ਬਜਾ ਦੇ ਇੱਕ ਮਿੰਟ ਪ੍ਰਦਰਸ਼ਨ ਬਹੁਤ ਕਰਦੇ ਆ ਬਾਹਰ ਮੈਂ ਯੂਰਪ 'ਚ ਵੀ ਦੇਖਿਆ ਅਤੇ ਤੁਸੀਂ ਇਹਨਾਂ ਨੂੰ ਜੇ ਕੁਛ ਪੈਸੇ ਦੇਣੇ ਆ ਤਾਂ ਤੁਸੀਂ ਪੈਸੇ ਦੇ ਸਕਦੇ ਆ ਆਹ ਦੇਖੋ
ਤੇ ਆ ਬੰਦਿਆਂ ਦਾ ਕੰਮ ਬਹੁਤ ਖਰਾਬ ਦੇਖੋ ਜੀ ਜੁਰਾਸਿਕ ਵਰਲਡ ਜੀਪ ਇਹਨਾਂ ਦੀ ਤੇ ਦੇਖਿਓ ਤੁਹਾਨੂੰ ਮੈਂ ਚੀਜ਼ ਦਿਖਾਉਣਾ ਇੱਕ ਕਿਆ ਘੈਂਟ ਚੀਜ਼ ਹੈ ਉਹ ਸਾਹਮਣੇ ਇੱਕ ਸਕਰੀਨ ਲਾਈ ਹੋਈ ਆ ਵੱਡੀ ਸਾਰੀ ਥ੍ਰੀਡੀ ਤੇ ਇੱਥੋਂ ਤੁਸੀਂ ਜਾ ਵੀ ਸਕਦੇ ਆ ਦੇਖ ਵੀ ਸਕਦੇ ਆ ਤੇ ਕੋਈ ਟਿਕਟ ਨਹੀਂ ਹੈਗੀ ਚੈੱਕ ਇਨ ਕਰਕੇ ਫਰੀ ਆ ਤੇ ਜੇ ਆਹ ਚੀਜ਼ ਇੰਡੀਆ ਦੇ ਵਿੱਚ ਹੁੰਦੀ ਤਾਂ ਮੈਂ ਕਹਿੰਦਾ 400-500 ਵੀ ਟਿਕਟ ਰੱਖੀ ਹੋਵੇ ਤਾਂ ਆਰਾਮ ਨਾਲ ਲੋਕਾਂ ਨੇ ਮੈਂ ਵੀ ਖੁਦ ਵੀ ਮੈਂ ਪਹਿਲਾਂ ਮੇਰੇ ਨਾਲ ਮੁੰਡਾ ਸੀ ਮੈਨੂੰ ਕਿਹਾ ਪੁੱਛ ਗਿਆ ਕਿੰਨੇ ਟਿਕਟ ਆਪਾਂ ਜਾ ਕੇ ਆਉਂਦੇ ਹਾਂ ਬਟ ਜਾਣਾ ਸੀ ਇੱਥੇ ਸਾਹਮਣੇ ਉਹ ਜਾਣ ਦਾ ਪਲੈਨ ਆਪਾਂ ਕੈਂਸਲ ਕਰਦੇ ਪਏ ਹਾਂ ਕਿਉਂਕਿ ਆਹ ਸਾਰੇ ਵੇਟਿੰਗ ਦੇ ਵਿੱਚੋਂ ਆ ਕੇ ਇੱਥੇ ਰੁਕ ਕੇ ਤਾਂ ਫਿਰ ਆਪਾਂ ਨੂੰ ਅੱਗੇ ਜਾਣਾ ਪੈਣਾ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਂਦਾ ਇਹ ਦੇਖੋ ਜਿੱਦਾਂ ਕੋਈ ਵੀ ਇਹਦੇ ਕੋਲ ਜਾਂਦਾ ਨਾ ਇਹਦੇ ਕੋਲ ਜਾਂਦਾ ਉਹ ਇੱਕ ਘਾਹ ਵੀ ਰੱਖੀ ਹੋਈ ਆ ਉਹਨਾਂ ਨੇ ਛਿੱਟੀ ਆਈ ਜਿੱਦਾਂ ਕੋਈ ਵੀ ਇਹਦੇ ਕੋਲ ਜਾਂਦਾ ਅਤੇ ਉਹ ਇੱਦਾਂ ਰਿਐਕਟ ਕਰਦਾ ਕਿ ਜਿੱਦਾਂ ਉਹਨਾਂ ਤੋਂ ਘਾਹ ਫੜ ਕੇ ਖਾਣ ਲੱਗਾ ਹੁੰਦਾ ਅਤੇ ਆਹ ਬੰਦਾ ਆ ਜਿਹੜਾ ਉਹਨੂੰ ਟ੍ਰੇਨਡ ਕਰਦਾ ਉਹਨੂੰ ਕਹਿੰਦਾ ਵੀ ਕੋਈ ਨਹੀਂ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਹੈ ਸਾਰਾ ਕੁਝ ਥ੍ਰੀਡੀ ਆ ਸਾਰਾ ਕੁਝ ਸੋਫਟਵੇਅਰ ਦੇ ਰਾਹੀਂ ਆ ਹੈ ਨਾ ਅਤੇ ਤੁਸੀਂ ਦੇਖਿਓ ਜੇ ਹੁਣ ਕੋਈ ਹੋਰ ਜਾਂਦਾ ਜਿੱਦਾਂ ਆਹ ਵੀ ਬਾਈ ਭਾਅ ਜੀ ਮੈਨੂੰ ਇੰਡੀਅਨ ਲੱਗਦਾ ਇੰਡੀਅਨ ਹੋਣਾ ਇਹ ਵੀ ਜਿਹੜੇ ਚੱਲੇ ਆ ਅਤੇ ਇਹ ਤੁਹਾਨੂੰ ਦਿਖਾਉਣੇ ਆ ਇਹ ਪੂਰਾ ਸਟਾਫ ਆ ਇਹਨਾਂ ਦੀ ਪੂਰੀ ਟੀਮ ਆ ਅਤੇ ਦੇਖਿਓ ਆਹ ਦੇਖਿਓ ਜੀ ਹੁਣ ਨਹੀਂ ਪਰ ਇਹਨਾਂ ਨੇ ਕੋਲ ਨਹੀਂ ਜਾਣਾ ਮੈਨੂੰ ਲੱਗਦਾ ਦੂਰੋਂ ਹੀ ਬਾਏ ਬਾਏ ਕਰਕੇ ਆ ਜਾਣੀ ਆ ਉਹ ਦੇਖੋ ਇੱਥੇ ਕੋਈ ਇਹਦੇ ਮੂਹਰੇ ਆਉਣ ਦੀ ਕੋਈ ਟਿਕਟ ਨਹੀਂ ਆ ਹੈਗਾ ਫਰੀ ਆ ਬਟ ਵੇਟਿੰਗ ਆ ਮਤਲਬ ਜਿੱਦਾਂ ਹੁਣ 25-30 ਜਣੇ ਆਹ ਖੜ੍ਹੇ ਆ ਅਤੇ ਉਹ ਉੱਧਰੋਂ ਪਰੇ ਉਹ ਚੈੱਕ ਇਨ ਕਰਾ ਕੇ ਤਾਂ ਫਿਰ ਤੁਸੀਂ ਆ ਸਕਦੇ ਆ ਇੱਥੇ ਵੇਟਿੰਗ ਵੇਟ ਕਰਕੇ ਉਹਦੇ ਸਾਹਮਣੇ ਜਾ ਸਕਦੇ ਆ ਅਤੇ ਫੋਟੋ ਫੋਟੋ ਕਰਵਾਉਣ ਦਾ ਜਾਂ ਇਹ ਸਟਾਫ ਫੋਟੋ ਵਗੈਰਾ ਖਿੱਚ ਦਿੰਦਾ ਅਤੇ ਹੈਗਾ ਫਰੀ ਆਫ ਕੋਸਟ ਆ ਕੋਈ ਟਿਕਟ ਨਹੀਂ ਹੈਗੀ ਉਹ ਦੇਖਿਓ ਹੁਣ ਜਿੱਦਾਂ ਉਹ ਗਿਆ ਭਾਅ ਜੀ ਅਤੇ ਦੇਖਿਓ ਉਹ ਤਾਂ ਆ ਗਿਆ ਉਹਦੇ ਕੋਲੋਂ ਘਾਹ ਘਾਹ ਦੀ ਟਾਹਣੀ ਜੇ ਗੋਲ ਨੂੰ ਕੀਤੀ ਉਹਦੇ ਤੋਂ ਫੜਨ ਆ ਗਿਆ ਵੀ ਜਿਹਦਾ ਸੱਚੀ ਉਹ ਖਾਣ ਆਇਆ ਹੁੰਦਾ ਅਤੇ ਉਹ ਬੰਦਾ ਟ੍ਰੇਨਰ ਉਹਨੂੰ ਕਹਿੰਦਾ ਵੀ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਕਿਆ ਬਾਤ ਹੈਗੀ ਤਾਂ 3D ਐਨੀਮੇਸ਼ਨ ਹੀ ਆ ਜੋ ਵੀ ਹੈਗਾ ਕੰਪਿਊਟਰਾਈਜ਼ ਹੀ ਆ ਬਟ ਐਂਡ ਆ ਯਾਰ ਇੱਕ ਵਾਰੀ ਹੋਰ ਬੰਦਾ ਜਾਵੇ ਤਾਂ ਮੈਂ ਤੁਹਾਨੂੰ ਦਿਖਾਵਾਂ ਮੈਨੂੰ ਲੱਗਦਾ ਮੇਰੇ ਨਾਲ ਦੇ ਵੀ ਜਿਹੜੇ ਦੋ ਜਣੇ ਆ ਨਾ ਉਹ ਵੀ ਬਾਹਲੇ ਕਾਲੇ ਪਿਓ ਵੀ ਚੱਲ ਲੈਂਦਾ ਆਈ ਲੈਂਦਾ ਆਈ ਉੱਧਰ ਲੈਂਦਾ ਬੜੇ ਜਵਾਲ ਚੱਲਦੇ ਹਾਂ ਅਤੇ ਚੱਲਦੇ ਹਾਂ ਕੋਈ ਨਹੀਂ ਉੱਧਰ ਨੂੰ ਵੀ ਜਾਊਗਾ ਹੁਣ ਹੋਰ ਕੋਈ ਬੰਦਾ ਆ ਜਾ ਬ੍ਰਦਰ ਆ ਜਾ ਲਓ ਯਾਰ ਚੱਲੇ ਹੁਣ ਗੋਰਾ ਤੁਹਾਨੂੰ ਦਿਖਾਉਣਾ ਜੇ ਇਹਨਾਂ ਨੇ ਕੁਛ ਕੀਤਾ ਤੇ ਪੂਰਾ ਸਟਾਫ ਆ ਲਓ ਜੀ ਅੰਕਲ ਆਂਟੀ ਚੱਲੇ ਆ ਹੁਣ ਕੋਲ ਜਾਊਗਾ ਹੁਣ ਕਿ ਨਹੀਂ ਦੇਖਿਓ ਓਏ ਉਹਨੂੰ ਤਾਂ ਛੇੜ ਲਓ ਪਹਿਲਾਂ ਉਹਦੇ ਤੋਂ ਤਾਂ ਕੋਈ ਐਕਸ਼ਨ ਕਰਵਾ ਦਿਓ ਪਤੰਦਰੋ ਮੈਂ ਵੀਡੀਓ ਬਣਾਉਣ ਡਿਆ ਮੈਂ ਵੇਟ ਕਰਦਾ ਪਿਆ ਵੀ ਕੁਛ ਕਰੂਗੇ ਹੋਲਡ ਨੂੰ ਕਰਦੇ ਲਓ ਜੀ ਦੋ ਆਹ ਦੇਖਿਓ ਹੁਣ ਹੱਥ ਖੜ੍ਹੇ ਕਰਦਾ ਲਓ ਜੀ ਆਹ ਲਓ ਜੀ ਟ੍ਰੇਨ ਕਰਦਾ ਹੁੰਦਾ ਵੀ ਸਰਕਾਰ ਦੇ ਵਿੱਚ ਹਾਥੀ ਨੂੰ ਨਹੀਂ ਬਣਿਆ ਹੁੰਦਾ ਵੀ ਸ਼ਾਂਤ ਕਰਾਉਂਦੇ ਹੁੰਦੇ ਸ਼ੇਰ ਨੂੰ
ਤੇ ਇਹ ਸਗਾ ਇੰਨਾ ਕਿ ਹੁਣ ਅੱਗੇ ਆ ਜਾਓ ਤੁਹਾਨੂੰ ਅੱਗੇ ਦਿਖਾਉਂਦੇ ਆ ਕੁਛ।